जिस जल नित कारण तुम जागया सतगुरु दिया
ਅਸੀਂ ਅੰਮ੍ਰਿਤ ਦਾ ਦਿਹਾੜਾ ਮਨਾ ਰਹੇ ਹਾਂ। ਕਹਿ ਦਿੰਦੇ ਹਾਂ ਵਿਸਾਖੀ ਦਾ ਦਿਹਾੜਾ। ਵਿਸਾਖੀ ਤਾਂ 1699 ਤੋਂ ਪਹਿਲਾਂ ਵੀ ਆਉਂਦੀ ਸੀ, ਜਿਸ ਦਿਨ ਵਿਸਾਖ ਚੜ੍ਹਦਾ ਸੀ ਪਹਿਲੇ ਦਿਨ ਨੂੰ ਲੋਕ ਵਿਸਾਖੀ ਆਖਦੇ ਸਨ। 1699 ਤੋਂ ਪਹਿਲਾਂ ਵੀ ਆਉਂਦੀ ਸੀ ਵਿਸਾਖੀ। ਲੋਕ ਵੱਖ ਵੱਖ ਢੰਗ ਨਾਲ ਵੀ ਮਨਾਉਂਦੇ ਨੇ, ਜਿਹੜੇ ਕਲੱਬਾਂ ਵਿੱਚ ਸ਼ਰਾਬ ਦੇ ਦੌਰ ਚੱਲਦੇ ਨੇ, ਗੀਤ ਗਾਏ ਜਾਂਦੇ ਨੇ, ਉਹ ਵੀ ਕਹਿੰਦੇ ਨੇ ਅਸੀਂ ਵਿਸਾਖੀ ਮਨਾ ਰਹੇ ਹਾਂ। ਸ਼ਰਾਬ ਦੇ ਦੌਰ ਵਾਲੇ ਅੰਮ੍ਰਿਤ ਦਾ ਦਿਹਾੜਾ ਨਹੀਂ ਮਨਾ ਰਹੇ, ਵਿਸਾਖੀ ਮਨਾ ਰਹੇ ਹੋਣਗੇ। ਵਿਚਾਰ ਕਰ, ਸਾਡਾ ਦੁਖਾਂਤ ਅਸੀਂ ਵਿਚਾਰ ਛੱਡ ਗਏ, ਪਰ ਇੱਕ ਖਿਆਲ ਕਰਿਓ, ਵਿਚਾਰ ਵਿੱਚੋਂ ਗਿਆਨ ਜਨਮ ਲੈਂਦਾ। ਜਿੱਥੇ ਵਿਚਾਰ ਨੇ ਉੱਥੇ ਗਿਆਨ ਦਾ ਜਨਮ ਹੀ ਨਹੀਂ ਹੁੰਦਾ, ਵਿਚਾਰ ਵਿੱਚੋਂ ਹੀ ਗਿਆਨ ਜਨਮ ਲੈਂਦਾ ਤੇ ਗਿਆਨ ਵਿੱਚੋਂ ਧਰਮ ਜਨਮ ਲੈਂਦਾ, ਜਾਂ ਗਿਆਨ ਤੇ ਧਰਮ ਹੈ। ਜਿਹੜਾ ਵਿਚਾਰ ਹੀ ਨਹੀਂ ਕਰਦਾ ਵੀ ਤਾਂ ਉਹਨੇ ਪਹਿਲਾ ਕਦਮ ਨਹੀਂ ਰੱਖਿਆ। ਵਿਚਾਰ ਵਿੱਚੋਂ ਗਿਆਨ ਨੇ ਜਨਮ ਲੈਣਾ, ਗਿਆਨ ਵਿੱਚੋਂ ਧਰਮ ਨੇ ਜਨਮ ਲੈਣਾ, ਧਰਮ ਵਿੱਚੋਂ ਗੁਣਾਂ ਨੇ ਜਨਮ ਲੈਣਾ। ਧਰਮ ਦਾ ਅਰਥ ਹੀ ਗੁਣਾਂ ਦਾ ਸੰਗ੍ਰਹਿ ਹੈ। ਪ੍ਰਗਟ ਹੋਣਾ ਹੈ, ਗੁਣ ਕਹੇ ਗੁਣੀ ਸਮਾ ਮੰਨਿਆ। ਲੰਬੀ ਲਿਸਟ, ਮੈਂ ਫਿਰ ਦੁਹਰਾ ਦਿਆਂ ਇਸ ਲਈ, ਵਿਚਾਰ ਵਿੱਚੋਂ ਗਿਆਨ, ਗਿਆਨ ਵਿੱਚੋਂ ਧਰਮ, ਧਰਮ ਵਿੱਚੋਂ ਗੁਣ, ਗੁਣਾਂ ਵਿੱਚੋਂ ਗੁਣੀ। ਜਿਹੜਾ ਵਿਚਾਰ ਹੀ ਨਹੀਂ ਕਰਦਾ ਉਹਨੇ ਪੰਜਵੀਂ ਮੰਜ਼ਿਲ ਤੇ ਕਿੱਥੇ ਪਹੁੰਚਣਾ ਹੈ। ਬੜਾ ਮੁਸ਼ਕਿਲ ਸਾਡਾ ਦੁਖਾਂਤ ਹੈ, ਅਸੀਂ ਵਿਚਾਰ ਛੱਡ ਗਏ ਹਾਂ। ਪਰੰਪਰਾ ਸੰਸਕਾਰ ਜੋ ਦੋ ਚੀਜ਼ਾਂ ਦੇ ਗ੍ਰਿਪ ਵਿੱਚ, ਕੈਦ ਵਿੱਚ, ਗੁਲਾਮੀ ਵਿੱਚ ਇੰਨੇ ਜਕੜੇ ਗਏ ਹਾਂ ਕਿ ਵਿਚਾਰ ਦੀ ਲੋੜ ਹੀ ਨਹੀਂ ਸਾਡੀ ਪਰੰਪਰਾ ਦੀ, ਜਿਹੜੇ ਸੰਸਕਾਰ ਬਣਾ ਦਿੰਦੀ ਸਾਡੇ ਮਾਂ ਬਾਪ, ਸਾਡੇ ਪਿਤਾ ਪਿਤਾਮਾ ਕੰਮ ਕਰਦੇ ਸਨ, ਬਸ ਹੁਣ ਸਾਨੂੰ ਵਿਚਾਰਨ ਦੀ ਲੋੜ ਨਹੀਂ। ਵਿਚਾਰ ਤੋਂ ਖੋਜ ਗਏ। ਮੈਂ ਚਾਹੁੰਦਾ ਅੱਜ ਆਪਾਂ ਫਿਰ ਪਹਿਲੇ ਕਦਮ ਨਾਲ ਜੁੜੀਏ, ਵਿਚਾਰ। ਇੱਕ ਲਫ਼ਜ਼ ਤੋਂ ਸਾਨੂੰ ਵਿਚਾਰ ਸ਼ੁਰੂ ਕਰਨ ਦਾ ਇੱਕ ਚਾਂਸ ਹੈ। ਔਰ ਇੱਕ ਹੋਰ ਵੀ ਇਸ ਤਰ੍ਹਾਂ, ਆ ਜਿੱਥੇ ਤੁਸੀਂ ਬੈਠੇ ਹੋ, ਜਿਸ ਨੂੰ ਅਸੀਂ ਸਤਸੰਗ ਕਹਿੰਦੇ,
ਇੱਥੇ ਜਦੋਂ ਵਿਚਾਰ ਹੁੰਦੇ ਹੈ ਉਹ ਮੇਰੀ ਤੁਹਾਡੀ ਮਰਜ਼ੀ ਦੀ ਨਹੀਂ ਹੁੰਦੀ। ਕਿਸੇ ਹੋਰ ਹਾਲ ਵਿੱਚ ਮੇਰੀ ਤੁਹਾਡੀ ਮਰਜ਼ੀ ਦੀ ਵਿਚਾਰ ਹੋ ਸਕਦੀ, ਪਰ ਸਾਧ ਸੰਗਤ ਦੇ ਸਥਾਨ ਤੇ ਮੇਰੀ ਤੁਹਾਡੀ ਮਰਜ਼ੀ ਦੀ ਵਿਚਾਰ ਨਹੀਂ। ਇੱਥੇ ਸਿੱਖੀ ਸਿੱਖਿਆ ਗੁਰ ਵਿਚਾਰ ਹੁੰਦੇ, ਅਸੀਂ ਵਿਚਾਰ ਗੁਰੂ ਦੀ ਅਗਵਾਈ ਵਿੱਚ ਕਰਦੇ ਹੁੰਦੇ, ਉਹਦੇ ਕੋਲ ਗੁਰ ਪੁੱਛ ਲੇਖ ਵਿਚਾਰ ਗੁਰੂ ਕੋਲੋਂ ਪੁੱਛ ਕੇ ਵਿਚਾਰ ਕਰਨੇ ਦਿਨ ਹੈ ਅੰਮ੍ਰਿਤ ਦਾ। ਨਾਲ ਹੀ ਮੈਂ ਫਿਰ ਅਰਜ਼ ਕਰਦੇ ਹਾਂ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਗਟ ਹੋਣ ਦਾ ਦੇਹ ਕਰਕੇ ਜਿਸਮ ਕਰਕੇ ਸਰੀਰ ਕਰਕੇ ਮੈਂ ਤਾਂ ਕਾਲੂ ਦੇ ਘਰ ਜਨਮ ਲੈਣ ਦਾ ਦਿਹਾੜਾ ਵੀ ਹੈ। ਨਾਨਕ ਸ਼ਾਹੀ ਕੈਲੰਡਰ ਨੂੰ ਸਟੱਡੀ ਕਰਨ ਵਾਲੇ ਮੰਨਣ ਵਾਲੇ ਔਰ ਪੁਰਾਤਨ ਹੋਰ ਵਿਦਵਾਨਾਂ ਦੇ ਬਹੁਤ ਸਾਰੇ ਵਿਦਵਾਨਾਂ ਦੀ ਸਟੱਡੀ ਤੋਂ ਲਾਭ ਉਠਾਉਣ ਵਾਲਿਆਂ ਨੇ ਫੈਸਲਾ ਕਰ ਈਵਨ ਪਿਛਲੇ ਦਿਨ ਬੇਨਤੀ ਕੀਤੀ ਸੀ ਸ਼੍ਰੋਮਣੀ ਕਮੇਟੀ ਨੂੰ ਵੀ ਲਿਖਣਾ ਪਿਆ ਆਪਣੀ ਵੈਬਸਾਈਟ 'ਤੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਰਥ ਜਿਹੜਾ ਉਹ ਵਿਸਾਖ ਦਾ ਹੈ। ਅੱਗੇ ਥੱਲੇ ਉਹਨਾਂ ਨੇ ਆਪਣੇ ਗੱਲ ਨੂੰ ਜਸਟੀਫਿਕੇਸ਼ਨ ਵਾਸਤੇ ਇੱਕ ਲਫ਼ਜ਼ ਵਰਤ ਦਿੱਤੇ ਕਿ ਅਸੀਂ ਮਨਾਉਂਦੇ ਨਵੰਬਰ ਵਿੱਚ ਆ, ਸੈਲੀਬ੍ਰੇਟ ਅਸੀਂ ਨਵੰਬਰ ਵਿੱਚ ਕਰਨੇ ਆ, ਪਰ ਦਿਹਾੜਾ ਵਿਸਾਖੀ ਦਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ 'ਤੇ ਤੁਸੀਂ ਜਾਓ ਨਾ, ਉਹਨਾਂ ਨੇ ਵੀ ਲਿਖਿਆ ਹੋਇਆ। ਪਰ ਜਿਹੜੇ ਲੋਕ ਉਹਨਾਂ ਸੰਸਕਾਰਾਂ ਅਤੇ ਪਰੰਪਰਾਵਾਂ ਦੇ ਅਧੀਨ ਜਾਗਰਤੀ ਵਿੱਚ ਨੇ, ਜਿਹੜੇ ਵਿਚਾਰ ਕਰਦੇ ਨੇ ਸਟੱਡੀ ਕਰਦੇ ਨੇ, ਉਹ ਕਹਿੰਦੇ ਨੇ ਅਸੀਂ ਤਾਂ ਲੈਣਾ ਤੁਸੀਂ ਕਦੋਂ ਮਨਾਉਂਦੇ ਹੋ ਕਦੋਂ ਨਹੀਂ ਮਨਾਉਂਦੇ, ਕਦੋਂ ਵੀ ਮਨਾ ਸਕਦੇ। ਪਰ ਜੇ ਸਾਨੂੰ ਪਤਾ ਕਿ ਵਿਸਾਖੀ ਦੇ ਦਿਨ ਹੈ ਤੇ ਅਸੀਂ ਮਨਾ ਸਕਦੇ ਹਾਂ ਵਿਸਾਖੀ ਨੂੰ, ਜਿਹੜੇ ਨਹੀਂ ਮਨਾ ਸਕਦੇ ਕਿਸੇ ਮਜਬੂਰੀ ਕਾਰਨ ਅੱਗੇ ਪਿੱਛੇ ਮਨਾ ਲੈਣ ਵੱਖਰੀ ਗੱਲ ਹੈ, ਇੱਕ ਵੱਖਰਾ ਵਿਸ਼ਾ ਗੁਨਾ ਨਹੀਂ। ਪਰ ਜਦ ਮੈਨੂੰ ਪਤਾ ਹੈ ਕਿ ਵਿਸਾਖੀ ਦਾ ਦਿਹਾੜਾ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਗਟ ਹੋਣ ਦਾ ਦਿਹਾੜਾ ਹੈ, ਤੇ ਫਿਰ ਮੇਰੇ ਕੋਲ ਸਮਾਂ ਵੀ ਹੈ ਸਾਧਨ ਵੀ, ਕਿਉਂ ਨਾ ਅਸੀਂ ਵਿਸਾਖੀ ਨੂੰ ਹੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪੁਰਬ ਮਨਾਈਏ। ਇਸ ਲਈ ਅਸੀਂ ਵਿਸਾਖੀ ਨੂੰ ਹੀ ਮਨਾਉਂਦੇ ਹਾਂ, ਵਿਸਾ ਮਨਾਉਣਾ ਚਾਹੀਦਾ ਹੈ ਅਤੇ ਮਨਾਇਆ ਕਰਾਂਗੇ। ਨਾਨਕ ਸ਼ਾਹੀ ਕੈਲੰਡਰ ਨੂੰ ਮੰਨਣ ਵਾਲਿਆਂ ਸਭ ਨੇ ਫੈਸਲਾ ਕਰ ਦਿੱਤਾ ਹੋਇਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਵਿਸਾਖੀ ਦਾ ਹੈ। ਅੱਜ ਜਿੱਥੇ ਅੰਮ੍ਰਿਤ ਦਾ ਦਿਹਾੜਾ ਮਨਾ ਰਹੇ ਹਾਂ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਗਟ ਹੋਣ ਦਾ ਦਿਹਾੜਾ ਵੀ ਮਨਾ ਰਹੇ। ਬਲਕਿ ਮੈਂ ਤਾਂ ਇੱਕ ਵਾਰ ਅਰਜ਼ ਕੀਤੀ ਸੀ ਹੋਰ ਯਾਦ ਹੋ ਵੀ ਗੁਰੂ ਦਸਮ ਪਾਤਸ਼ਾਹ ਜੀ ਨੇ ਵੀ ਇਸ ਖਾਲਸੇ ਦੀ ਸੰਪੂਰਨਤਾ ਦਾ ਦਿਹਾੜਾ ਵਿਸਾਖੀ ਤੋਂ ਚੁਣਿਆ। ਇਸ ਲਈ ਕਿਉਂਕਿ ਇਸ ਪੰਥ ਦੀ ਸਿੱਖੀ ਦੀ ਨੀਂਹ ਬੁਨਿਆਦ ਆਰੰਭ ਗੁਰੂ ਨਾਨਕ ਨੇ ਕੀਤਾ ਸੀ ਤੇ ਗੁਰੂ ਦਸਮ ਪਾਤਸ਼ਾਹ ਜੀ ਨੇ ਆਖਿਆ ਇਸਦਾ ਸੰਪੂਰਨ ਰੂਪ ਇਸਦੀ ਪੂਰੀ ਖੂਬਸੂਰਤੀ ਜਿਹੜੀ ਹੈ ਬਾਣੀ ਬਾਣੇ ਨਾਲ ਵੀ ਵਿਸਾਖੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਗਟ ਦਿਹਾੜੇ 'ਤੇ ਰੱਖੋ। ਇਹ ਗੁਰੂ ਦਸਮ ਪਾਤਸ਼ਾਹ ਜੀ ਦਾ ਫੈਸਲਾ ਸੀ ਔਰ ਸੋਚ ਸਮਝ ਕੇ ਫੈਸਲਾ ਸੀ, ਕਿਸੇ ਲਈ ਵਿਸਾਖੀ ਦਾ ਦਿਹਾੜਾ ਚੁਣਿਆ। ਮੈਂ ਆਪਣੇ ਸਬਜੈਕਟ ਵੱਲ ਵਧਾ ਗੁਰਬਾਣੀ ਦੀ ਇੱਕ ਲਾਈਨ ਸਾਡੇ ਨਾਲ ਇੱਕ ਸਵਾਲ ਖੜਾ ਕਰ ਦੇਗੀ ਸ
ਸਤਿਗੁਰੂ ਵਿੱਚ ਅੰਮ੍ਰਿਤ ਹੈ ਕੁਝ ਦੌਲਤ ਮਨੀ ਆਰਡਰ ਕਰੇ
ਭੇਜੇ, ਉਦੋਂ ਮਨੀ ਆਰਡਰ ਹੁੰਦੇ ਸਨ, ਮਨੀ ਆਰਡਰ ਕਰੀ ਭੇਜੇ ਤੇ ਪੋਸਟ ਆਫਿਸ ਤੋਂ ਪੋਸਟਮੈਨ ਉਹ ਮਨੀ ਆਰਡਰ ਲੈ ਕੇ ਘਰ ਆਵੇ, ਉਹ ਉਸਨੂੰ ਹਵਾਲੇ ਕਰਕੇ ਆਖੇ ਇਹ ਮਨੀ ਆਰਡਰ ਤੇਰਾ ਹੈ। ਜੇ ਭਲਾ ਗੁਆਂਢ ਨੂੰ ਵੀ ਕੋਲ ਪੁੱਛੇ ਇਹ ਮਨੀ ਆਰਡਰ ਕਿਸ ਦਾ ਹੈ, ਐਗਜ਼ਾਂਪਲ ਬੜੀ ਖੂਬਸੂਰਤ ਸੀ, ਗੁਆਂਢਣ ਪੁੱਛੇ ਇਹ ਮਨੀ ਆਰਡਰ ਕਿਸ ਦਾ ਹੈ, ਉਹ ਆਖੇ ਕਿ ਪੋਸਟਮੈਨ ਦਾ। ਪੋਸਟਮੈਨ ਦਾ ਕੰਮ ਹੈ ਉੱਥੋਂ ਲਿਆ ਕੇ ਇੱਥੋਂ ਤੱਕ ਦੇ ਦੇਣਾ, ਬਸ ਉਹਦੀ ਇਮਾਨਦਾਰੀ ਇੰਨੀ ਹੈ, ਉਹਦੀ ਸ਼ੁਕਰਗੁਜ਼ਾਰੀ ਕਰਨਾ ਧੰਨਵਾਦ ਕਰਨਾ ਇੰਨੇ ਵਿੱਚ ਹੀ ਕਾਫੀ ਹੈ ਕਿ ਤੂੰ ਇਮਾਨਦਾਰੀ ਨਾਲ ਮੇਰੇ ਮਾਲਕ ਦਾ ਮਨੀ ਆਰਡਰ ਮੇਰੇ ਕੋਲ ਪਹੁੰਚਾ ਦਿੱਤਾ, ਤੇਰਾ ਨਹੀਂ ਬਸ ਪੰਜਾਂ ਪਿਆਰਿਆਂ ਦਾ ਫੰਕਸ਼ਨ ਹੈ। ਅੰਮ੍ਰਿਤ ਗੁਰੂ ਦਾ ਬਾਰ ਬਾਰ ਗੁਰੂ ਆਖ ਰਿਹਾ ਸੁੰਦਰ ਮੰਦਰ ਅੰਮ੍ਰਿਤ ਖੋਲਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰੂ ਦਾ। ਜੇ ਪੰਜ ਪਿਆਰੇ ਗੁਰੂ ਨੇ ਤਾਂ ਮੈਂ ਪੁੱਛਣਾ ਚਾਹੁੰਦਾ ਜੀ ਵਿਚਾਰ ਉਸ ਗੱਲ ਵਿਚਾਰ ਦੇ ਖੇਤਰ ਅਸੀਂ ਹੌਲੀ ਹੌਲੀ ਕਹਿਣਾ ਸ਼ੁਰੂ ਕਰ ਦਿੱਤਾ ਜੇ ਪੰਜ ਪਿਆਰੇ ਗੁਰੂ ਨੇ ਤਾਂ ਫਿਰ ਖਿਆਲ ਕਰਿਓ ਹਰ ਸੰਪਰਦਾ ਦੇ ਪੰਜ ਪਿਆਰੇ ਵੱਖਰੇ ਨੇ। ਇਹਦਾ ਮਤਲਬ ਉਹ ਸੰਪਰਦਾ ਜਿਹੜੀ ਹੈ ਉਹ ਗੁਰੂ ਸਾਜਦੇ ਹੀ ਹੈ। ਹੁਣ ਤੱਕ ਤਾਂ ਸੁਣਿਆ ਸੀ ਗੁਰੂ ਸੰਪਰਦਾਵਾਂ ਨੂੰ ਜਾਂ ਗੁਰੂ ਪੰਥ ਨੂੰ ਸਾਜਦਾ, ਹੁਣ ਫਿਰ ਐਸਾ ਪੰਥ ਬਣ ਗਿਆ ਜਿਹੜਾ ਗੁਰੂ ਨੂੰ ਸਾਜੇਗਾ। ਹਰ ਸੰਪਰਦਾ ਨੇ ਆਪਣੇ ਪੰਜ ਪਿਆਰੇ ਸਾਜੇ ਹੋਏ ਨੇ, ਉਹ ਆਪਣੀ ਮਰਜ਼ੀ ਨਾਲ ਅੰਮ੍ਰਿਤ ਨਹੀਂ ਛਕਾ ਸਕਦੇ। ਉਹਨਾਂ ਨੂੰ ਆਪਣੇ ਪੰਥ ਕੋਲੋਂ ਪੁੱਛਣਾ ਪੈਂਦਾ ਅੰਮ੍ਰਿਤ ਵਿੱਚ ਕੀ ਦੱਸੀਏ। ਟਕਸਾਲ ਵਾਲੇ ਵੀਰ ਨੇ, ਅਖੰਡ ਕੀਰਤਨੀ ਜਥੇ ਵਾਲੇ ਵੀਰ ਨੇ, ਸਾਰਿਆਂ ਦੇ ਪੰਜ ਪਿਆਰੇ ਵੱਖਰੇ ਨੇ, ਇੱਕ ਦੂਜੇ ਦੀ ਮਰਜ਼ੀ ਨਹੀਂ ਮਿਲਦੀ। ਨਾਨਕ ਸਾਹਿਬ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜ ਪਿਆਰੇ ਨੇ, ਇਹਨਾਂ ਨੇ ਵੀ ਸਾਜਿਆ ਹੋਇਆ ਗੁਰੂ। ਇਹਦਾ ਮਤਲਬ ਪੰਜ ਪਿਆਰੇ ਸਾਜਣੇ, ਗੁਰੂ ਸਾਜਣਾ ਹੋ ਗਿਆ, ਉਹਦੇ ਵੀ ਵੱਖਰੇ ਨੇ। ਹਜ਼ੂਰ ਸਾਹਿਬ ਵਾਲਿਆਂ ਨੇ ਆਪਣੇ ਸਾਜੇ ਹੋਏ ਨੇ। ਇਹਦਾ ਮਤਲਬ ਜੇ ਪੰਜ ਪਿਆਰੇ ਗੁਰੂ ਨੇ ਉਹਨਾਂ ਦਾ ਹੁਕਮ ਗੁਰੂ ਦਾ ਹੁਕਮ ਹੈ, ਇਹ ਤਾਂ ਕਦੀ ਨਹੀਂ ਹੋ ਸਕਦਾ ਵੀ ਗੁਰੂ ਇੱਧਰੋਂ ਕੋਈ ਹੋਰ ਹੁਕਮ ਭੇਜੇ, ਉੱਧਰੋਂ ਹੋਰ ਭੇਜੇ, ਉੱਧਰੋਂ ਹੋਰ ਭੇਜੇ, ਇਹ ਗੁਰੂ ਦਾ ਹੁਕਮ ਨਹੀਂ ਹੋ ਸਕਦਾ। ਬੜੀ ਵਿਸ਼ਾਲਤਾ ਦੀ ਗੱਲ ਨੂੰ ਅਸੀਂ ਵਿਚਾਰਨਾ, ਕਿਸੇ ਦਾ ਵਿਰੋਧੀ ਨਹੀਂ, ਲੇਕਿਨ ਅੱਜ ਦਾ ਦਿਹਾੜਾ ਜਿਹੜਾ ਉਸ ਦਿਹਾੜੇ ਸੰਬੰਧੀ ਮੇਰੀ ਵਿਚਾਰ ਬਹੁਤ ਜ਼ਰੂਰੀ ਹੈ। ਪਿਆਰਿਆਂ ਨੂੰ ਅਸੀਂ ਗੁਰੂ ਆਖ ਦਿੱਤਾ ਤੇ ਗੁਰੂ ਰੂਪ ਮੰਨ ਲਿਆ, ਵੀ ਪੰਜਾਂ ਪਿਆਰਿਆਂ ਨੇ ਹੁਕਮ ਕੀਤਾ ਹੋਇਆ, ਇਸ ਲਈ ਮੈਂ ਨਹੀਂ ਲੋੜ ਸਕਦਾ, ਇਹ ਹਦਾਇਤ ਮੈਨੂੰ ਪੰਜਾਂ ਪਿਆਰਿਆਂ ਨੇ ਕੀਤੀ ਹੈ, ਤੂੰ ਆਹ ਬਾਣੀਆਂ ਪੜ੍ਹਨੀਆਂ ਨੇ ਤੇ ਫਿਰ ਪੰਜ ਪਿਆਰੇ ਤਾਂ ਵੱਖਰੇ ਵੱਖਰੇ ਨੇ। ਹਜ਼ੂਰ ਸਾਹਿਬ ਵਾਲੇ ਪੰਜ ਪਿਆਰੀਆਂ ਨੇ, ਪਿਆਰਿਆਂ ਨੇ ਹੋਰ ਬਣੀਆਂ ਕਈਆਂ ਹੋਈਆਂ, ਜਿਵੇਂ ਸ਼੍ਰੋਮਣੀ ਕਮੇਟੀ ਦੇ ਪੰਜ ਪਿਆਰੇ ਨੇ ਉਹ ਕਹਿੰਦੇ ਨੇ ਛੋਟੀ ਰਹਿ ਰਾਸ ਪੜ੍ਹੋ, ਇੱਕ ਸਾਲ ਦੇ ਪੰਜ ਪਿਆਰੇ ਜਿਹੜੇ ਨੇ ਉਹ ਕਹਿੰਦੇ ਨੇ ਵੱਡੀ ਰਹਿ ਰਾਸ ਪੜ੍ਹੋ। ਕਿਹੜੇ ਗੁਰੂ ਦੀ ਗੱਲ ਮੰਨਣਾ, ਕਿਹੜੇ ਦੀ ਨਾ ਮੰਨਣਾ, ਕਿਉਂਕਿ ਗੁਰੂ ਸਾਜੇ ਕਹਿੰਦੇ ਨੇ।
ਜਦੋਂ ਤੱਕ ਵੱਖ ਵੱਖ ਪੰਥ ਵੱਖ ਵੱਖ ਲੋਕ ਗੁਰੂ ਦੀ ਸਾਜਨਾ ਕਰਨਗੇ ਉਦੋਂ ਗੁਰੂ ਵੱਖਰੇ ਵੱਖਰੇ ਹੋ ਜਾਣਗੇ ਤੇ ਜਦੋਂ ਗੁਰੂ ਵੱਖਰੇ ਵੱਖਰੇ ਹੋ ਜਾਣਗੇ ਉਹਨਾਂ ਦੀ ਵਿਚਾਰਧਾਰਾ ਵੱਖਰੀ ਵੱਖਰੀ ਹੋ ਜਾਏਗੀ ਉਹਨਾਂ ਦੀ ਸਿੱਖਿਆ ਵੱਖਰੀ ਵੱਖਰੀ ਹੋ ਜਾਏਗੀ ਉਹਨਾਂ ਦਾ ਸਿਧਾਂਤ ਵੱਖਰਾ ਵੱਖਰਾ ਹੋ ਜਾਏਗਾ ਸਾਡਾ ਦੁਖਾਂਤ ਕਿੱਥੋਂ ਪੈਦਾ ਹੋਇਆ ਹੈ ਜਿੰਨੇ ਪੰਜ ਪਿਆਰੇ ਨੇ ਉਹਨਾਂ ਸਭ ਦੀਆਂ ਰਹਿਰਾਸਾਂ ਵੱਖਰੀਆਂ ਨੇ ਅਰਦਾਸਾਂ ਵੱਖਰੀਆਂ ਨੇ ਉੱਥੇ ਕੋਈ ਨਹੀਂ ਕਹਿੰਦਾ ਵੀ ਤੂੰ ਇੰਨੀ ਚੌਪੇ ਕਿਉਂ ਛੱਡ ਗਿਆ ਮੈਂ ਤਾਂ ਕਹਿੰਦਾ ਸਾ ਪੂਰੀ ਚੌਪੀ ਭਣੀ ਤੂੰ ਇੰਨੀ ਚੌਪੀ ਕਿਉਂ ਛੱਡ ਗਿਆ ਕਿਉਂਕਿ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਇੰਨੀ ਛੱਡ ਦਿਓ ਕਿਉਂ ਛੱਡ ਗਏ ਅਤੇ ਕਿਹੜੀ ਅਜੀਬ ਗੱਲ ਹੈ ਜੇ ਸ਼੍ਰੋਮਣੀ ਕਮੇਟੀ ਦੇ ਕਹਿਣ 'ਤੇ ਅੱਧੀ ਜਾਂ ਤੀਜਾ ਜਾਂ ਚੌਥਾ ਹਿੱਸਾ ਚੌਪੀ ਛੱਡੀ ਜਾ ਸਕਦੀ ਹੈ ਅਤੇ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕਹਿਣ 'ਤੇ ਵੀ ਮੇਰੇ ਕੋਲ ਹੈ ਨਹੀਂ ਇਹ ਚੌਪੀ ਇਸ ਲਈ ਮੈਂ ਛੱਡ ਸਾਰੀ ਛੱਡ ਦਿੰਦਾ ਮੇਰੇ ਕੋਲ ਚੌਪੇ ਹੈ ਮੈਂ ਸਾਰੇ ਛੱਡ ਦਿੰਦਾ ਫਿਰ ਪਰੇਸ਼ਾਨੀ ਕਿਉਂ ਹੈ ਮੈਨੂੰ ਅਜੇ ਤੱਕ ਯਾਦ ਹੈ ਦਾਸ ਨੇ ਆਪ ਚੌਪੀ ਦੇ ਜਦੋਂ ਰਹਿਰਾਸ ਦਾ ਕੀਰਤਨ ਕੀਤਾ ਦਿੱਲੀ ਵਿੱਚ ਅਤੇ ਉਦੋਂ ਸਰਨ ਪਏ ਕਿ ਰੱਖੋ ਸਰਨਾ ਤਾਂ ਕੀਤਾ ਲੜੀ ਵਾਰ ਉੱਥੇ ਹੋਇਆ ਔਰ ਉੱਥੇ ਵਿਆਖਿਆ ਵਿੱਚ ਮੈਂ ਇਹ ਲਫ਼ਜ਼ ਕਹੇ ਨੇ ਕਿ ਮੈਂ ਸਰਨ ਪਰੇ ਕਿ ਰਾਖੋ ਸਰਮਾ ਤੋਂ ਬਾਅਦ ਦੀ ਚੌਪੀ ਦਾ ਬਾਅਦ ਦੀ ਰਹਿਰਾਸ ਇਸ ਲਈ ਨਹੀਂ ਕਰ ਰਿਹਾ ਕਿਉਂਕਿ ਉਹ ਸਾਡੀ ਮਰਜ਼ੀ ਨਾਲ ਸ਼ਾਮਿਲ ਹੋਈ ਹੈ ਗੁਰੂ ਦੀ ਮਰਜ਼ੀ ਨਾਲ ਨਹੀਂ ਗੁਰੂ ਨੇ ਜੋ ਕਰਨਾ ਸੀ ਕਰ ਦਿੱਤਾ ਅਤੇ ਜਦੋਂ ਅਸੀਂ ਆਪਣੀ ਮਰਜ਼ੀ ਵਿੱਚ ਰਲਾਈ ਉਦੋਂ ਝਗੜੇ ਖੜ੍ਹੇ ਹੋ ਗਏ ਇਹ ਚੌਪਾਈ ਵਿੱਚ ਆਈ ਤਾਂ ਵੱਡੀ ਛੋਟੀ ਦਾ ਮਸਲਾ ਆਇਆ ਨਾ ਇਹ ਚੌਪਾਈ ਆਉਂਦੇ ਹੀ ਨਾ ਸਰਨ ਪਰੇ ਕਿ ਰਾਖੋ ਸਰਮਾ ਤੱਕ ਹੁੰਦੀ ਕੋਈ ਝਗੜਾ ਹੀ ਨਹੀਂ ਸੀ ਇਸ ਲਈ ਕੀਤੀ ਕਿਉਂਕਿ ਇਸ ਅਸਥਾਨ 'ਤੇ ਸਰਨ ਪਰੇ ਕਿ ਰਾਖੋ ਸਰਮਾ ਤੱਕ ਹੀ ਸੋਧਨ ਪੜਿਆ ਜਾਂਦਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਖਿਆਲ ਕਰਿਓ ਇਹ ਸਾਰਾ ਕੁਝ ਹੋ ਕਿਉਂ ਰਿਹਾ ਹੈ ਕਿਉਂਕਿ ਇਸ ਵਿਚਾਰ ਦੇ ਖੇਤਰ ਤੋਂ ਬਾਹਰ ਨਿਕਲ ਗਿਆ ਅਜੀਬ ਗੱਲ ਹੈ ਅੰਮ੍ਰਿਤ ਹੈ ਅੰਮ੍ਰਿਤ ਹੈ ਪੰਜ ਪਿਆਰੇ ਇਕੱਤਰ ਹੋਣ ਜਦੋਂ ਪੰਜ ਪਿਆਰੇ ਅੰਮ੍ਰਿਤ ਸਿਰਜਦੇ ਨੇ ਨਾ ਉਦੋਂ ਜਿਨ੍ਹਾਂ ਵੀਰਾਂ ਨੇ ਛਕਿਆ ਉਹਨਾਂ ਨੂੰ ਪਤਾ ਹੋਏਗਾ ਪਹਿਲਾਂ ਸੁਧਾਈ ਹੁੰਦੀ ਹੈ ਆਪਸ ਵਿੱਚ ਸੁਧਾਈ ਕਰਦੇ ਨੇ ਆਪਸ ਵਿੱਚ ਸੁਧਾਈ ਕਰਦੇ ਨੇ ਮਰਿਆਦਾ ਮੁਤਾਬਕ ਜੀਵਨ ਗੁਜ਼ਾਰ ਰਹਿਤ ਬਹਿਤ ਪੱਕੇ ਉਹ ਪੁੱਛਦੇ ਨੇ ਜੇ ਭਲਾ ਉਸ ਟਾਈਮ ਤੇ ਕੋਈ ਇੱਕ ਉਹਨਾਂ ਵਿੱਚੋਂ ਇਹ ਕਹਿ ਦੇਵੇ ਜਾਂ ਦੋ ਇਹ ਕਹਿ ਦੇਣਗੇ ਜੀ ਮੈਂ ਤਾਂ ਰਹਿਤ ਮਰਿਆਦਾ ਵਿੱਚ ਨਹੀਂ ਮੈਂ ਤੇ ਸ਼ਰਾਬ ਪੀਣਾ ਮਨ ਐਗਜ਼ਾਮਪਲ ਦੇ ਉਹ ਕਹਿ ਦੇਵੇ ਕਿ ਮੈਂ ਸ਼ਰਾਬ ਪੀਣਾ ਭਾਵੇਂ ਉਹਨੇ ਪੜ੍ਹਨੀ ਬਾਣੀ ਹੋਵੇ ਸ਼ਰਾਬ ਪੀਂਦਾ ਸ਼ਰਾਬ ਪੀਣ ਵਾਲੇ ਦੀ ਜ਼ਬਾਨ ਤੋਂ ਬਾਣੀ ਪੜ੍ਹਨ ਨਾਲ ਅੰਮ੍ਰਿਤ ਵੀ ਸ਼ੱਕੀ ਹੋ ਜਾਏਗਾ ਉਹਨੂੰ ਸ਼ਾਮਿਲ ਕਰੋਗੇ ਪੰਜਾਂ ਪਿਆਰਿਆਂ ਵਿੱਚ ਸੋਹਣੇ ਵਿਚਾਰ ਨੇ ਕਿਉਂਕਿ ਅੱਗੇ ਦਿਹਾੜਾ ਅੰਮ੍ਰਿਤ ਦਾ ਮੇਰਾ ਫਰਜ਼ ਬਣਦਾ ਵੀ ਮੈਂ ਇਸ ਟੌਪਿਕ ਨੂੰ ਆਪਣੇ ਪਰਿਵਾਰ ਵਾਂਗੂ ਬੈਠੇ ਹੋਏ ਇਸ ਪਰਿਵਾਰਕ ਜੀਆਂ ਵਿੱਚ ਜ਼ਰੂਰ ਸਾਂਝੇ ਕਰਾਂ ਕਰੋਗੇ ਨਹੀਂ ਕਰ ਸਕਦੇ ਸ਼ਰਾਬ ਪੀਂਦਾ ਜੀ ਉਹ ਮੰਨਦਾ ਹੈ ਮੈਂ ਸ਼ਰਾਬ ਪੀਂਦਾ ਉਹਨਾਂ ਨੂੰ ਕਿਵੇਂ ਸ਼ਾਮਿਲ ਕਰ ਸਕਦੇ ਜਿਹੜੀਆਂ ਪੰਜ ਬਾਣੀਆਂ ਦਾ ਜ਼ਿਕਰ ਹੈ ਹਾਲਾਂਕਿ ਇਹ ਪੰਜ ਬਾਣੀਆਂ ਦਾ ਜ਼ਿਕਰ ਮੈਂ ਤੁਹਾਨੂੰ ਲਿਖਤੀ ਦਿਖਾ ਦਿੰਦਾ ਕਿ ਸਿੰਘ ਸਭਾ ਲਹਿਰ ਤੋਂ ਪਹਿਲਾਂ ਇਹਨਾਂ ਪੰਜ ਬਾਣੀਆਂ ਦਾ ਕਿਤੇ ਜ਼ਿਕਰ ਹੀ ਨਹੀਂ ਬਕਾਇਦਾ ਲਿਖ ਕੇ ਚਾਹ ਚੁੱਕਾ ਹੈ
ਸਿੰਘ ਸਭਾ ਲਹਿਰ ਤੋਂ ਮਤਲਬ 18ਵੀਂ ਸਦੀ ਦੀ 19ਵੀਂ ਸਦੀ ਦੇ ਅਖੀਰ 'ਤੇ ਸਿੰਘ ਸਭਾ ਲਹਿਰ ਤੋਂ ਪਹਿਲਾਂ ਇਹਨਾਂ ਪੰਜ ਬਾਣੀਆਂ ਦਾ ਕਿਤੇ ਕੋਈ ਜ਼ਿਕਰ ਨਹੀਂ। ਚਲੋ ਮੈਂ ਗੱਲ ਕਰਦਾ ਜਿਹਨਾਂ ਦਾ ਜ਼ਿਕਰ ਕਰਦੇ ਹੋ। ਇਹਨਾਂ ਪੰਜ ਬਾਣੀਆਂ ਵਿੱਚੋਂ ਤਿੰਨ ਵਿਚਿੱਤਰ ਨਟਦੀਆਂ ਨੇ, ਥੋੜ੍ਹੀ ਜਿਹੀ ਵਿਚਾਰ ਕਰਦੀਆਂ ਨੇ, ਵਿਚਿੱਤਰ ਨਟਦੀਆਂ। ਆਪਣੇ ਕੋਲੋਂ ਕੋਈ ਲਫ਼ਜ਼ ਨਹੀਂ ਚਾਹੁੰਦਾ, ਸਿਰਫ ਵਿਚਲੀ ਵਿਚਾਰ ਤੁਹਾਡਾ ਸਮਝਦਾ। ਪੰਜ ਬਾਣੀਆਂ ਵਿੱਚੋਂ ਤਿੰਨ ਵਿਚਿੱਤਰ ਨਟਦੀਆਂ ਨੇ। ਹੁਣ ਉਹ ਜਿਹੜੀਆਂ ਤਿੰਨੋਂ ਵਿਚਿੱਤਰ ਨਾਟਕ ਦੀਆਂ ਰਚਨਾਵਾਂ ਨੇ, ਉਹ ਵਿਚਿੱਤਰ ਨਾਟਕ ਦਾ ਕਰਤਾ ਆਪ ਕਹਿ ਰਿਹਾ ਹੈ ਕਿ ਮਹਾਂਕਾਲ ਸ਼ਰਾਬ ਪੀਂਦਾ। ਮੈਂ ਨਹੀਂ ਕਹਿੰਦਾ, ਪੜ੍ਹ ਲਿਓ ਵਿਚਿੱਤਰ ਨਾਟਕ। ਵਿਚਿੱਤਰ ਨਾਟਕ ਦਾ ਕਰਤਾ ਆਪ, ਜਿਹਨੂੰ ਅਸੀਂ ਗੁਰੂ ਦਸਮ ਪਾਤਸ਼ਾਹ ਜੀ ਦੇ ਨਾਮ ਨਾਲ ਜੋੜਦੇ ਹਾਂ, ਐਡੀ ਵੱਡੀ ਗੁਸਤਾਖੀ। ਇੱਕ ਵੱਖਰਾ ਵਿਸ਼ਾ ਮੈਂ ਕਿਸੇ ਲਈ ਤੁਹਾਡੇ ਸਾਹਮਣੇ ਰੱਖਾਂਗਾ, ਉਹਦਾ ਨਤੀਜਾ ਅੱਜ ਕੀ ਨਿਕਲਿਆ ਹੈ। ਨਤੀਜਾ ਅਸੀਂ ਭੋਗ ਰਹੇ ਹਾਂ, ਪਰ ਉਹ ਜਦੋਂ ਸ਼ੁਰੂ ਹੁੰਦਾ ਉਹ ਹੋਰ ਹੁੰਦਾ, ਅਤੇ ਜਦੋਂ ਬਲਵਾਨ ਅਸਾਧ ਰੋਗ ਬਣ ਜਾਂਦਾ ਉਦੋਂ ਦੀ ਪੀੜਾ, ਉਹਦੇ ਦਰਦ ਵੱਖਰੇ ਹੁੰਦੇ। ਵਿਚਿੱਤਰ ਨਾਟਕ ਦਾ ਕਰਤਾ ਜਿਹੜਾ ਵੀ ਹੈ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਹੀਂ ਮੰਨਦਾ, ਉਹ ਕਹਿੰਦਾ ਕਿ ਮਹਾਂਕਾਲ ਸ਼ਰਾਬ ਪੀਂਦਾ। ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਹੁਣ ਤਾਂ ਥੋੜ੍ਹਾ ਟਾਈਮ ਮਹਾਂਕਾਲ ਕਾਲਕਾ ਆਰਾਧੀ, ਮੈਂ ਮਹਾਂਕਾਲ ਦੀ ਆਰਾਧਨਾ ਵੀ ਕਰਨਾ ਅਤੇ ਉਹ ਸ਼ਰਾਬ ਵੀ ਪੀਂਦਾ, ਬਲਕਿ ਗੁਰੂ ਤਾਂ ਨਹੀਂ ਨਾ ਕਹਿ ਸਕਦਾ, ਦੋ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ। ਵੀ ਗੁਰੂ ਇਹ ਵੀ ਆਖੇ ਕਿ ਮੈਂ ਮਹਾਂਕਾਲ ਦੀ ਉਪਾਸ਼ਨਾ ਕਰਨਾ, ਅਤੇ ਇਹ ਵੀ ਆਖੇ ਮਹਾਂਕਾਲ ਸ਼ਰਾਬ ਪੀਂਦਾ। ਵਿਚਿੱਤਰ ਨਾਟਕ ਜੀ ਦੋਨੋਂ ਗੱਲਾਂ, ਮਹਾਂਕਾਲ ਸ਼ਰਾਬ ਪੀਂਦਾ, ਮੇਰਾ ਆਪ ਸ਼ਰਾਬ ਨਹੀਂ ਪੀਂਦਾ, ਉਹਦਾ ਸਿੱਖ ਬਣਨ ਵਾਸਤੇ ਭੰਗ ਤੇ ਸ਼ਰਾਬ ਪੀਣੀ ਪੈਂਦੀ। ਮਹਾਂਕਾਲ ਕੋ ਸਿੱਖ ਤਾਂ ਮਦਰਾ ਭਾਂਗ ਪਿਲਾਏ, ਦੋਨੋਂ ਚੀਜ਼ਾਂ ਇੱਥੇ ਬਸਨੇ। ਦੁਰਗਾ ਵੀ ਸ਼ਰਾਬ ਪੀਂਦੀ, ਉਸ ਵਿਚਿੱਤਰ ਨਾਟਕ ਦੀ ਕਵਿਤਾ ਵਿੱਚ ਮੈਂ ਤੁਹਾਨੂੰ ਦੱਸ ਰਿਹਾ, ਬਾਣੀ ਤਾਂ ਮੈਂ ਨਹੀਂ ਕਹਿੰਦਾ, ਦਿਖਾ ਸਕੂ। ਚੰਡੀ ਜਿੰਦੀ ਵਾਰ ਅੱਜ ਬੰਗਲਾ ਸਾਹਿਬ ਦੇ ਅਸਥਾਨ ਤੋਂ ਕਥਾ ਦੇ ਰੂਪ ਵਿੱਚ ਸੁਣਾਈ ਜਾ ਰਹੀ ਹੈ। ਉਹ ਹੀ ਵਿਚਿੱਤਰ ਨਾਟਕ ਦਾ ਕਰਤਾ ਆਪ ਲਿਖਦਾ ਹੈ ਕਿ ਚੰਡੀ ਜਿਹੜੀ ਹੈ ਉਹ ਵੀ ਸ਼ਰਾਬ ਪੀਂਦੀ। ਜਿਸ ਕਿਸੇ ਨੂੰ ਜ਼ਰਾ ਵੀ ਸ਼ੰਕਾ ਹੋਵੇ, ਬੇਸ਼ੱਕ ਹੋਣ, ਬੇਸ਼ੱਕ ਬਾਅਦ ਵਿੱਚ ਕਿਸੇ ਵਕਤ ਵੀ ਆ ਕੇ ਮੇਰੇ ਕੋਲੋਂ ਉਹ ਚੀਜ਼ਾਂ ਦੇਖ ਸਕਦੇ ਹੋ, ਪੜ੍ਹ ਸਕਦੇ ਹੋ। ਚੰਡੀ ਵੀ ਸ਼ਰਾਬ ਪੀਂਦੀ, ਚੌਪੀ ਜਿਹੜੀ ਹੈ ਉਹ ਮਹਾਂਕਾਲ ਦੀ ਉਪਾਸ਼ਨਾ ਵਿੱਚ ਸ਼ਾਮਲ ਹੈ, ਦਿਖਾ ਸਕਣਾ। ਬੜੀ ਲੰਬੀ ਸੋਹਣੀ ਕਹਾਣੀ, ਚੌਪੀ ਮਹਾਂਕਾਲ ਦੀ ਉਪਾਸ਼ਨਾ ਵਿੱਚ ਹੈ। ਉਸੇ ਦੀ ਅੱਗੇ ਬੇਨਤੀ ਹੈ, ਇਹ ਸਾਰਾ ਕੁਝ ਵੀ ਵਿਚਿੱਤਰ ਨਾਟਕ ਦੀ ਹੋਵੇ। ਮੈਂ ਇਸੇ ਲਈ ਅਰਜ਼ ਕੀਤੀ, ਮੈਂ ਆਪਣੇ ਵੱਲੋਂ ਕੁਛ ਨਹੀਂ ਕਹਿੰਦਾ, ਜੋ ਕੁਝ ਕਹਾਂਗਾ ਉਹ ਦਿਖਾ ਸਕਣ ਦੀ ਵੀ ਅਸੀਂ ਕਹਾਂਗਾ। ਚੌਪੇ ਜਿਹਨੂੰ ਅਸੀਂ ਦੇਣਾ ਸਭ ਤੋਂ ਜ਼ਿਆਦਾ ਜਿੰਦਾ ਰਟਨ ਕਰਨਾ, ਉਹ ਮਹਾਂਕਾਲ ਦੀ ਉਪਾਸ਼ਨਾ ਦਰਿਆ ਚਰਿੱਤਰ ਦਾ ਹਿੱਸਾ। ਬਲਕਿ ਮੈਂ ਇੱਕ ਸਵਾਲ ਕੀਤਾ ਸੀ ਪਿਛਲੇ ਦਿਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਚਿੱਠੀ ਹੈ ਜਿਹੜੀ ਮੇਰੇ ਕੋਲ ਇੱਥੇ ਮੌਜੂਦ ਹੈ, ਜਿਹਦੇ ਵਿੱਚ ਇੱਕ ਸ਼ਿਮਲੇ ਦੇ ਰਹਿਣ ਵਾਲੇ ਕਿਸੇ ਸਿੰਘ ਦਾ ਸਵਾਲ ਹੈ ਕਿ ਦੱਸੋ ਜੀ, ਚਰਿੱਤਰੋ ਪਖਿਆਨ ਜਿਹੜਾ ਹੈ ਉਹ ਗੁਰੂ ਦਸਮ ਪਾਤਸ਼ਾਹ ਜੀ ਦੀ ਰਚਨਾ, ਅਤੇ ਅੱਗੋਂ ਸ਼੍ਰੋਮਣੀ ਕਮੇਟੀ ਨੇ ਆਪਣੇ ਲੈਟਰ ਪੈਡ 'ਤੇ ਇਹ ਉਹਨੂੰ ਜਵਾਬ ਦਿੱਤਾ ਹੈ ਕਿ ਚਰਿੱਤਰੋ ਪਖਿਆਨ ਗੁਰੂ ਦਸਮ ਪਾਤਸ਼ਾਹ ਜੀ ਦੀ ਬਾਣੀ ਨਹੀਂ, ਇਹ ਹਿੰਦੂ ਮਿਥਿਹਾਸ ਦਾ ਤਰਜਮਾ ਹੈ। ਬਕਾਇਦਾ ਚਿੱਠੀ ਹੈ ਮੇਰੇ ਕੋਲ ਇੱਥੇ ਮੌਜੂਦ ਹੈ, ਅਤੇ ਮੈਂ ਉਸ ਚਿੱਠੀ ਨੂੰ ਸਕੈਨ ਕਰਕੇ ਥੱਲੇ ਇੱਕ ਲਫ਼ਜ਼ ਲਿਖੇ ਸਮੇਂ ਮੈਂ ਤੁਹਾਡੇ ਕੋਲੋਂ ਪੁੱਛਣਾ, ਜੇ ਤੁਸੀਂ ਮੰਨਦੇ ਹੋ ਕਿ ਚਰਿੱਤਰੋ ਪਖਿਆਨ ਜਿਹੜੇ ਨੇ
ਉਹ ਗੁਰੂ ਦਸਮ ਪਾਤਸ਼ਾਹ ਜੀ ਦੀ ਬਾਣੀ ਨਹੀਂ, ਦਸਮ ਬਾਣੀ ਨਹੀਂ। ਤੇ ਇਹ ਚੌਪੀ ਜਿਹੜੀ ਇਹ ਚਰਿੱਤਰੋ ਪਖੈਣ ਦਾ ਹਿੱਸਾ ਹੈ, 424 ਚਰਿੱਤਰ ਦਾ ਹਿੱਸਾ ਹੈ ਚੌਪੀ। ਤੇ ਜੇ ਚਰਿੱਤਰੋ ਪਖੈਣ ਦਸਮ ਬਾਣੀ ਨਹੀਂ ਤਾਂ ਇਸ ਚੌਪੀ ਨੂੰ ਅੰਮ੍ਰਿਤ ਵਿੱਚ ਤਿਨੇਮ ਵਿੱਚ ਸ਼ਾਮਿਲ ਕਰਨ ਦੀ ਕੀ ਸਾਜਿਸ਼ ਹੈ? ਮੈਨੂੰ ਇੰਨਾ ਜਵਾਬ ਦੇ ਦਿਓ। ਅੱਜ ਤੱਕ ਮੈਨੂੰ ਜਵਾਬ ਨਹੀਂ ਮਿਲਿਆ। ਬੜੀ ਸੁਭਾਵਿਕ ਸਧਾਰਨ ਜਿਹੀ ਚਿੱਠੀ ਦੀ ਸਕੈਨ ਕੀਤੀ ਹੋਈ ਕਾਪੀ ਨਾਲ ਲਾਈ ਹੋਈ ਹੈ। ਜੇ ਚਿੱਤਰੋ ਪਖਿਆਨ ਤੁਸੀਂ ਆਪ ਕਹਿੰਦੇ ਹੋ ਦਸਮ ਬਾਣੀ ਨਹੀਂ, ਤੇ ਫਿਰ ਮੈਨੂੰ ਇਹ ਦੱਸੋ ਕਿ ਇਸ ਚੌਪੇ ਨੂੰ ਪਾਤਸ਼ਾਹੀ ਦਸਵੀਂ ਉੱਤੇ ਲਿਖ ਕੇ, ਉੱਥੇ ਪਾਤਸ਼ਾਹੀ ਦਸਵੀਂ ਵੀ ਨਹੀਂ, ਵਿਚਿੱਤਰ ਨਾਟਕ ਵਿੱਚ ਪਾਤਸ਼ਾਹੀ ਦਸਵੀਂ ਲਫ਼ਜ਼ ਉੱਥੇ ਨਹੀਂ ਹੈਗਾ, ਮੈਂ ਦਿਖਾ ਸਕਦਾ। ਉਹਦੇ ਉੱਤੇ ਪਾਤਸ਼ਾਹੀ ਦਸਵੀਂ ਲਿਖ ਕੇ ਸਾਡੇ ਅੰਮ੍ਰਿਤ ਤੇ ਸਾਡੇ ਨਿਤਨੇਮ ਤੇ ਹਰ ਵਕਤ ਦੇ ਰੂਟੀਨ ਦੇ ਵਿੱਚ ਸ਼ਾਮਿਲ ਕਰ ਦੇਣ ਦਾ ਕੀ ਮਤਲਬ ਤੇ ਸਾਜਿਸ਼ ਹੈ? ਮੈਨੂੰ ਸਮਝਾ ਦਿਓ। ਕੋਈ ਜਵਾਬ ਨਹੀਂ। ਸਵਈਏ ਜਿਹੜੇ ਨੇ ਆਪਣੇ ਆਪ ਚ ਵੇਖੋ, ਜਿਹੜੇ ਅੰਮ੍ਰਿਤ ਸਵਈਏ ਜਿਹਨੂੰ ਕਹਿੰਦੇ, ਪਹਿਲਾਂ ਤਾਂ ਅੰਮ੍ਰਿਤ ਦਾ ਜ਼ਿਕਰ ਹੀ ਕੋਈ ਨਹੀਂ ਸਾਰੇ ਵਿੱਚ ਤਰ ਨਾਟਕ ਵਿੱਚ। ਚਲੋ ਇਹਨਾਂ ਨੇ ਬਣਾ ਦਿੱਤਾ ਸਵਈਏ ਜਿਹੜੇ ਨੇ ਆਪਣੇ ਆਪ ਵਿੱਚ ਬਾਣੀ ਨਹੀਂ। ਇਹ ਜਿਹੜੀ ਬਾਣੀ ਨੇ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਅਕਾਲ ਉਸਤਤ, ਅਕਾਲ ਉਸਤਤ, ਉਹ 262 ਪਦਾਂ ਦੀ ਬਾਣੀ ਰਚਨਾ ਹੈ, ਜਿਹਦੇ ਵਿੱਚੋਂ ਕਈ ਕਈ ਵੱਖ ਵੱਖ ਪਦ ਸ਼ੈਲੀਆਂ ਨੇ ਆਪਣੇ ਕਵਿਤਾ ਦੀ। ਚਾਚਰੀ ਛੰਦ ਹੈ, ਦੁਆੜੀ ਛੰਦ ਹੈ, ਸਵਈਏ ਸਵਈਏ ਨੇ, ਚੌਪੀ, ਕਈ ਛੰਦ ਵੱਖਰੇ ਵੱਖਰੇ ਨੇ। ਉਹਦੇ ਵਿੱਚੋਂ 10 ਪਦ ਚੁਣ ਕੇ, 262 ਵਿੱਚੋਂ 10 ਪਦ ਚੁਣ ਕੇ ਇਹਨਾਂ ਨੇ ਅੰਮ੍ਰਿਤ ਦੀ ਬਾਣੀ ਬਣਾ ਦਿੱਤਾ। ਦਿਖਾ ਸਕਣਾ 262 ਵਿੱਚੋਂ 10 ਪਦ ਸਾਡੇ ਅੰਮ੍ਰਿਤ ਵਿੱਚ ਸ਼ਾਮਿਲ ਕਰ ਦਿੱਤੇ ਗਏ, ਔਰ ਉਹਨਾਂ 10 ਪਦਾਂ 21 ਤੋਂ ਲੈ ਕੇ 30 ਤੱਕ ਜਿਹੜੇ ਪਦ ਨੇ ਉਹਨੂੰ ਅੰਮ੍ਰਿਤ ਸਵਈਏ ਨਾਲ ਬਣਾ ਦਿੱਤਾ। ਕੋਈ ਉੱਥੇ ਅੰਮ੍ਰਿਤ ਦਾ ਜ਼ਿਕਰ ਨਹੀਂ। ਉਸ ਤੋਂ 3 ਪਦ ਪਿੱਛੇ ਚਲੇ ਜਾਓ, ਉੱਥੇ ਇਸੇ ਅਕਾਲ ਉਸਤਤ ਨੂੰ ਆਪਾਂ ਕਹਿੰਦੇ ਹਾਂ। ਇਸੇ ਸਵਈਆਂ ਤੋਂ 3 ਪਦ ਹੋਰ ਪਿੱਛੇ ਚਲੇ ਜਾਓ, ਉੱਥੇ ਸਾਫ਼ ਸਪਸ਼ਟ ਹੈ ਕਿ ਹੇ ਮੇਰੇ ਅਕਾਲ, ਹੇ ਅਕਾਲ ਪੁਰਖ, ਤੂੰ ਰੱਜ ਕੇ ਸ਼ਰਾਬ ਪੀਣਾ ਹੈ, ਔਰ ਸ਼ਰਾਬ ਪੀਂਦਾ ਵੀ ਬੜਾ ਚੰਗਾ ਲੱਗਣਾ ਹੈ। ਉਸੇ ਵਿੱਚ ਦਿਖਾ ਸਕਦਾ ਇਸੇ ਤਰ੍ਹਾਂ ਜਿਸ ਵੇਲੇ ਤੁਹਾਡਾ ਦਿਲ ਚਾਹੇ ਵਿਚਾਰ, ਤੁਸੀਂ ਮੇਰਾ ਪਰਿਵਾਰ ਹੋ, ਮੈਂ ਤੁਹਾਡੇ ਵਿੱਚੋਂ ਆਪਣੀ ਸਾਂਝ ਲੈ ਕੇ ਗੁਰੂ ਦੇ ਪੇਸ਼ ਹੋ ਰਹੇ। ਸਤਸੰਗਤ ਇੱਕ ਪਰਿਵਾਰ ਹੈ, ਤੁਹਾਨੂੰ ਇਹ ਹੱਕ ਹੈ, ਅਧਿਕਾਰ ਹੈ ਕਿ ਜਿੱਥੇ ਕਿਤੇ ਸ਼ੰਕਾ ਪੈਦਾ ਹੋਵੇ ਤੁਸੀਂ ਮੇਰੇ ਕੋਲ ਪੁੱਛੋ। ਜੇ ਮੈਂ ਨਾ ਜਵਾਬ ਦੇ ਸਕਦਾ, ਨਾ ਤੁਹਾਡੇ ਸਾਹਮਣੇ ਸੱਚਾਈ ਰੱਖ ਸਕਦਾ, ਮੈਂ ਗੁਨਾਹਗਾਰ ਹਾਂ, ਮੈਨੂੰ ਗੁੰਮਰਾਹ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਕਿ ਮੈਂ ਆਪਣੀ ਵਿਚਾਰਾਂ ਨਾਲ ਕਿਸੇ ਨੂੰ ਗੁੰਮਰਾਹ ਕਰਾਂ, ਗੁਰੂ ਨਾਲ ਤੋੜਾਂ ਜਾਂ ਕਿਸੇ ਰਚਨਾ ਨਾਲ ਤੋੜਾਂ। ਨਹੀਂ, ਮੈਂ ਚਾਹੁੰਦਾ ਜੋ ਕੁਝ ਮੈਂ ਆਖਾਂ ਉਹ ਸਾਰੀ ਚੀਜ਼ ਕੌਮ ਦੇ ਸਾਹਮਣੇ ਰੱਖ ਸਕਾਂ। ਇਹੋ ਕੁਝ ਆਪ ਸਭ ਸੰਬੰਧੀ ਮੈਂ ਤੁਹਾਡੇ ਨਾਲ ਰੱਖਣ ਲਈ ਤਿਆਰ ਹਾਂ। ਹੈਰਾਨਗੀ ਦੀ ਗੱਲ ਤਾਂ ਇਹ ਹੈ ਵੀ ਸ਼ਰਾਬ ਪੀਣ ਵਾਲੀ ਦੁਰਗਾ ਹੋਵੇ, ਸ਼ਰਾਬ ਪੀਣ ਵਾਲੀ ਚੰਡੀ ਹੋਵੇ, ਸ਼ਰਾਬ ਪੀਣ ਵਾਲਾ ਮਹਾਕਾਲ ਹੋਵੇ, ਤੇ ਅਸੀਂ ਉਹਨਾਂ ਤਿੰਨਾਂ ਨਾਲ ਸੰਬੰਧਿਤ ਰਚਨਾਵਾਂ ਜਿਹੜੀਆਂ ਨੇ ਉਹਨੂੰ ਅੰਮ੍ਰਿਤ ਬਣਾਉਣ ਲਈ ਲਾਈ, ਕਿਸੇ ਪੰਜਾਂ ਪਿਆਰਿਆਂ ਵਿੱਚ ਤੁਹਾਨੂੰ ਰੱਖਦੇ ਨਹੀਂ ਜਿਹਨੇ ਸ਼ਰਾਬ ਪੀਤੀ ਹੋਵੇ। ਪਰ ਕਿਹੜੀ ਜੀ ਗੱਲ, ਸ਼ਰਾਬ ਪੀਣ ਵਾਲਿਆਂ ਦੀ ਰਚਨਾ ਅਸੀਂ ਅੰਮ੍ਰਿਤ ਵਿੱਚ ਰੱਖ ਲਈਆਂ। ਅਸੀਂ ਪੰਜਾਂ ਪਿਆਰਿਆਂ ਨੂੰ ਮਨੁੱਖ ਦੇ ਰੂਪ ਵਿੱਚ ਤਾਂ ਗੁਰੂ ਮੰਨਣ ਲਈ ਤਿਆਰ ਹਾਂ, ਗੁਰੂ ਆਖਣ ਲਈ ਤਿਆਰ ਹਾਂ, ਪਰ ਜਿਹੜੀ ਗੱਲ ਗੁਰੂ ਆਖ ਰਿਹਾ ਕਹਿੰਦਾ ਭਰਿਆ ਬਾਣੀ ਤਾਂ ਹੈ ਗੁਰੂ ਤੇ ਗੁਰੂ ਕੋਲ ਹੈ ਅੰਮ੍ਰਿਤ, ਦੋਨੋਂ ਗੱਲਾਂ ਸਪਸ਼ਟ ਕਰ ਰਹੇ ਨੇ ਗੁਰੂ। ਕਹਿੰਦੇ ਨੇ ਸਤਿਗੁਰੂ ਵਿੱਚ ਅੰਮ੍ਰਿਤ ਹੈ, ਗੁਰੂ ਕੋਲ ਅੰਮ੍ਰਿਤ ਹੈ, ਕਿਸੇ ਹੋਰ ਥਾਂ ਤੇ ਅੰਮ੍ਰਿਤ ਨਹੀਂ। ਤੇ ਫਿਰ ਕਹਿੰਦਾ ਇਹ ਵੀ ਤੈਨੂੰ ਭੁਲੇਖਾ ਨਾ ਰਵੇ ਕਿ ਉਹ ਗੁਰੂ ਕਿਹੜਾ ਹੈ ਜਿਹਦੇ ਵਿੱਚ ਅੰਮ੍ਰਿਤ ਹੈ। ਕਹਿੰਦਾ ਉਹ ਹੈ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ
ਅੰਮ੍ਰਿਤ ਇੱਥੇ ਵੀ ਵਿੱਚ ਲਫ਼ਜ਼ ਹੈ, ਉੱਥੇ ਵੀ ਹੈ, ਸਤਿਗੁਰ ਵਿੱਚ ਅੰਮ੍ਰਿਤ ਹੈ, ਇੱਥੇ ਵੀ ਵਿੱਚ ਲਫ਼ਜ਼ ਹੈ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ, ਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਜੇ ਅਜੇ ਤੈਨੂੰ ਹੋਰ ਵੀ ਅਗਲਾ ਸ਼ੱਕ ਹੋਵੇ ਕਿ ਖੌਰੇ ਬਾਣੀ ਕਿਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਥਾਂ ਤੋਂ ਵੀ ਮਿਲ ਸਕਦੀ ਹੈ, ਅਤੇ ਇਹ ਵੀ ਗੱਲ ਗੁਰੂ ਨੇ ਬਾਣੀ ਵਿੱਚ ਜਵਾਬ ਦੇ ਦਿੱਤਾ, ਕਹਿਣ ਲੱਗੇ ਮੈਂ ਤੈਨੂੰ ਇਹ ਵੀ ਵਿਸ਼ਵਾਸ ਦਵਾਉਣਾ ਚਾਹੁੰਦਾ। ਸ਼ਬਦ ਜਿਹੜਾ ਗੁਰੂ ਸ਼ਬਦ ਜਿਹੜਾ ਗੁਰ ਕਾ ਸ਼ਬਦ ਗੁਰ ਥੈ ਟਿਕੇ ਫੈਸਲਾ ਬਾਣੀ ਦਾ, ਗੁਰੂ ਦਾ ਸ਼ਬਦ ਕੇਵਲ ਗੁਰੂ ਵਿੱਚ ਹੀ ਟਿਕਦਾ, ਕਿਸੇ ਹੋਰ ਗ੍ਰੰਥ ਵਿੱਚ ਨਹੀਂ ਟਿਕਦਾ, ਇਹ ਫੈਸਲਾ ਵੀ ਬਾਣੀ ਦਾ। ਗੁਰ ਕਾ ਸ਼ਬਦ ਗੁਰ ਥੈ ਟਿਕੇ ਹੋਰ ਥੈ ਪ੍ਰਗਟ ਨਾ ਹੋਏ, ਕਿਸੇ ਹੋਰ ਥਾਂ ਤੋਂ ਤੈਨੂੰ ਗੁਰੂ ਦਾ ਸ਼ਬਦ ਵੀ ਨਹੀਂ ਮਿਲ ਸਕਦਾ। ਹੁਣ ਤੂੰ ਫੈਸਲਾ ਕਰ ਲੈ, ਤੂੰ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਕਿ ਨਹੀਂ ਮੰਨਦਾ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਤਾਂ ਬਾਣੀ ਇਸੇ ਦੀ ਗੁਰੂ ਹੈ, ਇਸੇ ਵਿੱਚ ਹੀ ਟਿਕੀ ਹੋਈ ਹੈ ਕਿ ਤੂੰ ਬਾਹਰੋਂ ਭਰਨ ਦੀ ਲੋੜ ਨਹੀਂ, ਫੈਸਲਾ ਗੁਰੂ ਦਾ ਹੈ। ਅਤੇ ਕਹਿੰਦੇ ਨੇ ਵਿਚਾਰ ਛੱਡ ਗਏ। ਨਤੀਜਾ ਹੈ ਕਿ ਅਸੀਂ ਚਰਿੱਤਰੋਪ ਖਿਆਨ ਦੀਆਂ ਰਚਨਾਵਾਂ ਨਾਲ ਅੰਮ੍ਰਿਤ ਤਾਂ ਮਨਜ਼ੂਰ ਕਰ ਰਹੇ ਹਾਂ, ਕਿਉਂਕਿ ਸਾਡੀ ਪਰੰਪਰਾ ਹੈ। ਅਸੀਂ ਮਹਾਂਕਾਲ ਕਾਲਕਾ ਚੰਡੀ ਸ਼ਰਾਬ ਪੀਣੇ ਵਾਲੀ ਹਾਲਤਾਂ ਅੰਮ੍ਰਿਤ ਤਿਆਰ ਕਰਨ ਨੂੰ ਪ੍ਰਵਾਨ ਕਰ ਰਹੇ ਹਾਂ, ਕਿਉਂਕਿ ਸਾਡੀ ਪਰੰਪਰਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੇ ਅੰਮ੍ਰਿਤ ਤਿਆਰ ਹੋ ਜਾਏ, ਕਹਿੰਦੇ ਨਾ ਜੀ ਬੜੀ ਅਵਗਿਆ ਹੋ ਗਈ, ਬੜਾ ਗੁਣਾ ਵੀ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਅੰਮ੍ਰਿਤ ਤਿਆਰ ਕੀਤਾ। ਹਾਲਾਂਕਿ ਗੁਰੂ ਬਾਰ ਬਾਰ ਜਿਹਦੇ ਅੱਗੇ ਨਮਸਕਾਰ ਕਰਦੇ ਹੋ, ਉਹ ਬਾਰ ਬਾਰ ਸਮਝਾ ਰਿਹਾ ਹੈ ਸਤਿਗੁਰ ਵਿੱਚ ਅੰਮ੍ਰਿਤ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਹੋਰ ਕਿਸੇ ਪਾਸੋਂ ਅੰਮ੍ਰਿਤ ਨਹੀਂ ਮਿਲ ਸਕਦਾ। ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਸਾਡੀ ਚੋਹੀ ਅੰਮ੍ਰਿਤ ਪਾ ਸਕਦੀ ਹੈ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੇਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।